ਇਹਨਾਂ ਦੇ ਸਵੇਰੇ ਜੀ ਆਪਾਂ ਇਹ ਟਰੈਕਟਰ ਦਾ ਕੰਮ ਕਰਨਾ ਜਿਹੜਾ ਆਹਾ ਜਿਹੜੀ ਬਾਡੀ ਆ ਇਹ ਲਿਆਉਣੀ ਆ ਇੱਥੇ ਇੱਥੇ ਓਰੀਜਨਲ ਵਾਲੀ ਥਾਂ 'ਤੇ ਲਾਉਣੀ ਜਿਵੇਂ ਫਾਰਮ 65 ਨੂੰ ਆਉਂਦੀ ਸੀਗੀ ਠੀਕ ਹੈ ਜੀ ਇਹਦਾ ਸਾਰਾ ਇਹ ਤਕਨੀਕ ਨਾਲ ਅਸੀਂ ਜਿਹਨਾਂ ਕੰਮ ਕਰਨਾ ਹੈ ਵੀ ਕੋਈ ਪਾਈਪ ਵੀ ਨਹੀਂ ਕੋਈ ਬਦਲਣੀ ਆਪਾਂ ਪਾਈਪਾਂ ਵੀ ਇਹਨਾਂ ਤੋਂ ਹੀ ਕੰਮ ਲੈਣਾ ਠੀਕ ਹੈ ਜੀ ਬਾਕੀ ਆ ਜਿਵੇਂ ਹੁਣ ਵਾਛਲਾਂ ਠੀਕ ਹੈ ਇਹ ਆ ਜਾਂਦਾ 10 ਰੁਪਈਆਂ ਦਾ ਪੈਕਟ ਆ ਜਾਂਦਾ ਆਹ ਲਾਲ ਜੀਆਂ ਵਾਛਲਾਂ ਦਾ ਠੀਕ ਹੈ ਜੀ ਅਤੇ ਇਹ ਹੀ ਯੂਜ਼ ਕਰੀ ਜਾਂਦੇ ਆ ਵਾਛਲ ਪਾਈ ਹੋਵੇ ਵਧੀਆ ਇੱਕ ਨੰਬਰ ਆਹ ਜਿਵੇਂ ਹੁਣ ਪਾਤੀ ਵਾਛਲ ਦੂਜੇ ਦੀ ਐਲਮੀਨੀਅਮ ਦੀ ਜਿਹੜਾ ਟਰੈਕਟਰ ਆਪਾਂ ਰੰਗ ਕਰਦੇ ਹਾਂ ਨਾ ਜੀ ਉਹਨੂੰ ਵਧੀਆ ਵਾਛਲ ਪਾਓ ਇੱਕ ਨੰਬਰ ਵੀ ਜਿਹੜਾ ਲੀਕਿੰਗ ਨਾ ਵਿਖਾਵੇ ਟਰੈਕਟਰ ਅਗਲਾ ਕੰਮ ਜਿਹੜਾ ਕਰਦਾ ਆਹ ਜਿਵੇਂ ਹੁਣ ਆਹ ਵਾਛਲਾਂ ਪਈਆਂ ਆਹ ਵਾਛਲਾਂ ਕਰਦੀਆਂ ਝੀਥਾਂ ਬੰਦ ਤੌਂਕਾ ਕੀ ਇਹਦੀਆਂ ਜਿਵੇਂ ਨਹੀਂ ਡਿੱਗਦੀ ਗੀ ਸਿਮਨ ਦੀਆਂ ਤਾਂ ਗੱਲਾਂ ਹੀ ਦੂਰ ਦੀਆਂ ਇਹ ਜਿਹੜਾ ਪੈਕਟ ਹੈ ਇਹ 200 ਰੁਪਏ ਦਾ ਆਹ ਜੀ ਜਿਹੜੀਆਂ ਵਾਛਲਾਂ ਪਈਆਂ ਠੀਕ ਹੈ ਜੀ ਇਹਨੂੰ ਤਾਂ ਵਪਾਰੀ ਵੀ ਨਹੀਂ ਪਾਉਂਦਾ ਜੀ ਲੈ ਜਾ ਕੇ ਉਹ ਕਾਕਾ ਪਰੇ ਕੁਆੜ ਜੀਆਂ ਵਾਛਲਾਂ ਅਸੀਂ ਨਹੀਂ ਪਾਉਂਦੇ ਇਹੋ ਜਿਹੀਆਂ ਠੀਕ ਹੈ ਵਾਛਲ ਪਾ ਕਾਪਰ ਦੀ ਇੱਕ ਨੰਬਰ ਆਹ ਜਿਹੜੀ ਭੈਣ ਚੋ ਸੋਨੇ ਵਾਂਗੂ ਚਲਕਦੀ ਹੈ ਵੇਖੋ ਕਾਪਰ ਦੀਆਂ ਵਾਛਲਾਂ ਜੀ ਠੀਕ ਹੈ ਜੀ ਜਿਹੜੀ ਕਾਪਰ ਦੀ ਵਾਛਲ ਪੈ ਗਈ ਅਤੇ ਕਸਾਈ ਹੋ ਗਈ ਫੁੱਲ ਅਤੇ ਫਿਰ ਤਾਂ ਚੀਥਾਂ ਬਣਦੀ ਆ ਠੀਕ ਹੈ ਜੀ ਅਤੇ ਸਵੇਰੇ ਆ ਰੇਸ ਦਾ ਵੀ ਇੰਤਜ਼ਾਮ ਕਰਦੇ ਹਾਂ ਜਿਹੜੀ ਆ ਰੰਗ ਜਿਹਾ ਪੱਟੀ ਜਾਂਦੀ ਆ ਹਾਂਜੀ ਦੋਸਤੋ ਆਹ ਵੇਖ ਲਓ ਫਾਦਰ ਸਾਹਿਬ ਲੱਗੇ ਪਏ ਨੇ ਅੱਜ ਫਿਟਿੰਗ ਹੋ ਗਈ ਸੀ ਇਹਦੀ ਅਤੇ ਵਾਟਰ ਸਪਰੇਟਰ ਦੀ ਜਮ੍ਹਾਂ ਫਿਟਿੰਗ ਹੋ ਗਈ ਆ ਠੀਕ ਹੈ ਫਿਲਟਰ ਥੱਲੇ ਚਲੇ ਗਏ ਆ ਅਤੇ ਫਿਟਿੰਗ ਪੂਰੀ ਵਧੀਆ ਹੋ ਗਈ ਆ ਅਤੇ ਬਸ ਆਹ ਇੱਕ ਪੈਪ ਚੇਂਜ ਕਰਨੀ ਪੈ ਗਈ ਆਪਾਂ ਨੂੰ ਆਹ ਪੈਪ ਖਰਾਬ ਸੀਗੀ ਇਹ ਪਾਰਟ ਦੀ ਦੇਰੀ ਜਾਂਦੀ ਸੀ ਪੈਪ ਰਬੜ ਅਤੇ ਇਹ ਪੈਪ ਆਪਾਂ ਕਰਤੀ ਹੈ ਚੇਂਜ ਠੀਕ ਹੈ ਜੀ ਨਵੀਂ ਪੈਪ ਪਾ ਦਈਏ ਅਤੇ ਉਸ ਤੋਂ ਬਾਅਦ ਆਹ ਜਿਹੜੇ ਵਾਟਰ ਸਪਰੇਟਰ ਆਈ ਦੀ ਪੱਤੀ ਪੇਂਟ ਕਰਨ ਵਾਸਤੇ ਲਾਈ ਸੀ ਖੋਲ੍ਹ ਕੇ ਪੇਂਟ ਕਰੀ ਆ ਬਣਾ ਤੀ ਗੱਲਬਾਤ ਪੂਰੀ ਸਾਰੀਆਂ ਵਾਛਲਾਂ ਤੁਸੀਂ ਵੇਖੋਗੇ ਹੁਣ ਸਾਰੀਆਂ ਵਾਛਲਾਂ ਕੋਪਰ ਦੀਆਂ ਪਾ ਦੀਆਂ ਪਾਈਪਾਂ ਪੂਪਾਂ ਸਾਰੀਆਂ ਉਹੀ ਰਹਿ ਦਿੱਤੀਆਂ ਡੀਜ਼ਲ ਫਿਲਟਰ ਵੱਢੀ ਗਈ ਜੀ ਥੱਲੇ ਆਹ ਵੇਖੋ ਵਾਛਲਾਂ ਡੀਜ਼ਲ ਫਿਲਟਰ ਵੱਢੀ ਗਈ ਥੱਲੇ ਵਾਟਰ ਸਪਰੇਟਰ ਲੱਗ ਗਿਆ ਆਪਣਾ ਤਾਂ ਠੀਕ ਹੈ ਜੀ ਅਤੇ ਪੱਤੀ ਖੋਲ੍ਹੀ ਵੀ ਆ ਪੇਂਟ ਮਾਰਨ ਵਾਸਤੇ ਹੇਠਲੀ ਪੱਤੀ ਵੀ ਖੋਲ੍ਹਣੀ ਆ ਪੇਂਟ ਮਾਰਨ ਵਾਸਤੇ ਹੇਠਲੀ ਪੱਤੀ ਉਹ ਬਣਾਈ ਹੈ ਜਿਹੜੀ ਇਹ ਵੀ ਖੋਲ੍ਹ ਕੇ ਪੇਂਟ ਮਾਰਨਾ ਇਹ 'ਤੇ ਇੱਕ ਆਹ ਬਾਈ ਨਰਿੰਦਰ ਗਿੱਲ ਨੂੰ ਵਿਖਾਇਆ ਸੀ ਇਹ ਆਹ ਤੁਸੀਂ ਵੇਖੋਗੇ ਹੁਣ ਠੀਕ ਹੈ ਜੀ ਆਹ ਤਾਂ ਇੱਥੋਂ ਆ ਗਿਆ ਪੱਤੀ ਹੈਗੀ ਅਤੇ ਉਸ ਤੋਂ ਬਾਅਦ ਜਿਹੜੀ ਕਿ ਆਹ ਪੱਤੀ ਆਪਣੀ ਪੁਰਾਣੀ ਆਹ ਪੱਤੀ ਪੁਰਾਣੀ ਆ ਆਹ ਜੀ ਆਹ ਹਾਲਤ ਸੀ ਇਹਦੀ ਇਹ ਵੱਢ ਦੇਂਗੇ ਇੱਥੋਂ ਲਾ ਦੇਂਗੇ ਇਹਨੂੰ ਇਹਦਾ ਕੋਈ ਫਾਇਦਾ ਜਿਹਾ ਨਹੀਂ ਲੱਗਿਆ ਸਾਨੂੰ ਸਹੀ ਅਤੇ ਆਹ ਵੈਲਡਿੰਗ ਜਾਂ ਇਹਨੂੰ ਪੱਟਾਂਗੇ ਪੱਟ ਕੇ ਲਾ ਕੇ ਮਰੇ ਭਰਾਂਗੇ ਠੀਕ ਹੈ ਜੀ ਇਹ ਤਾਂ ਸਕਰੈਪ ਹੀ ਆ ਉੱਚਾ ਬੜਾ ਸੀ ਫਿਲਟਰ ਜੀ ਬੜਾ ਜ਼ਿਆਦਾ ਬਹੁਤ ਭੜਾ ਲੱਗਦਾ ਪਿਆ ਸੀਗਾ ਇਸੇ ਕਰਕੇ ਚੇਂਜ ਕਰਿਆ ਅਤੇ ਇੱਕ ਆਹ ਇਹਦਾ ਪੇਂਟ ਜਿਹੜਾ ਲੈਂਦਾ ਪਿਆ ਬਾਈ ਨੂੰ ਕਿਹਾ ਸੀਗਾ ਬਾਈ ਇਹਦਾ ਮੈਨੂੰ ਦਿਖਾ ਦਿਓ ਆਹ ਮਿੱਟੀ ਆ ਮਿੱਟੀ ਦੇ ਉੱਤੇ ਹੀ ਪੇਂਟ ਵੱਜਿਆ ਪਿਆ ਆਹ ਠੀਕ ਹੈ ਜੀ ਅਤੇ ਇੱਕ ਇੱਥੇ ਇਹਨੂੰ ਖੁਰਚ ਕੇ ਚੰਗੀ ਤਰ੍ਹਾਂ ਰਗੜ ਕੇ ਇੰਨੇ ਕਿ ਪ੍ਰਾਈਮਰ ਪ੍ਰੂਮਰ ਮਾਰ ਕੇ ਅਤੇ ਪੇਂਟ ਪੂੰਟ ਮਾਰਾਂਗੇ ਅਤੇ ਉਹ ਗਾਂਹ ਤੱਕ ਮਾਰਾਂਗੇ ਗਾਂਹ ਤੱਕ ਪੇਂਟ ਪੂੰਟ ਮਾਰ ਕੇ ਅਤੇ ਜਿੱਥੋਂ ਕਿਤੇ ਸਾਰੇ ਕਿਤੇ ਪੇਂਟ ਹੈਣਗੇ ਪੇਂਟ ਲਾ ਦੇਵਾਂਗੇ ਟਰੈਕਟਰ 'ਤੇ ਅਤੇ ਬਾਕੀ ਆ ਵੇਖੋ 9:11 ਠੀਕ ਹੈ ਜੀ ਇੰਜੋਏ ਕਰਦੇ ਸਮੇਂ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਤਿਆਰ ਹੋ ਗਿਆ ਅਤੇ ਬਾਕੀ ਚਲੋ ਅੱਗੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਇਕੱਲੀ ਇਕੱਲੀ ਚੀਜ਼ ਦੀ ਅਤੇ ਬਾਕੀ ਬਾਈ ਸਹੀ ਚੀਜ਼ ਨੂੰ ਸਹੀ ਕਿਹਾ ਜਾਂਦਾ ਹੁੰਦਾ ਗਲਤ ਨੂੰ ਗਲਤ ਕਿਹਾ ਜਾਂਦਾ ਹੁੰਦਾ ਠੀਕ ਹੈ ਜੀ ਨਾ ਤਾਂ ਆਪਾਂ ਕਿਸੇ ਨੂੰ ਸਹੀ ਨੂੰ ਮਾੜੀ ਕਹੀਏ ਨਾ ਕਿਸੇ ਨੂੰ ਕਿਹਾ ਜਾਵੇ ਠੀਕ ਹੈ ਜੀ ਕਿਸੇ ਦਾ ਕੋਈ ਜੀ ਨਹੀਂ ਕਰਦਾ ਹੁੰਦਾ ਜੀ ਇੰਨਾ ਪੈਸਾ ਲਾ ਕੇ ਟਰੈਕਟਰ ਫਿਰ ਵਰਕਸ਼ੋਪਾਂ 'ਚ ਤੁਰਿਆ ਫਿਰੇ ਠੀਕ ਹੈ ਜੀ ਅਤੇ ਬਾਕੀ ਆਪਾਂ ਨੂੰ ਪਤਾ ਹੀ ਅੱਜ ਕੱਲ੍ਹ ਅਤੇ ਕਿੰਨੀ ਮਹਿੰਗਾਈ ਆ ਸਮਾਨ ਕਿੰਨਾ ਮਹਿੰਗਾ ਹੈ ਨਾ ਜੀ ਸਭ ਕੁਛ ਪਤਾ ਆਪਾਂ ਨੂੰ ਅਤੇ ਬਾਕੀ ਚਲੋ ਠੀਕ ਆ ਜੋ ਕੁਛ ਹੋਣਾ ਸੀ ਹੋ ਗਿਆ ਅੱਗੇ ਤੋਂ ਬੰਦਾ ਗੌਰ ਰੱਖੂਗਾ ਇਹੋ ਜਿਹੀਆਂ ਗੱਲਾਂ ਤੋਂ ਅਤੇ ਆ ਬਾਕੀ ਆਪਣਾ ਇਲੈਕਟ੍ਰੀਸ਼ਨ ਦਾ ਟਰੈਕਟਰ
ਕੰਪਲੀਟ ਹੋ ਗਿਆ ਗੱਲੇ ਇੰਡੀਕੇਟਰ ਅਤੇ ਮੀਟਰ ਸਾਰੇ ਨਵੇਂ ਲਾਉਣੇ ਆਪਾਂ ਇਹਦੇ ਗੋਲ ਮੀਟਰ। ਹੁਣ ਬੰਦੇ ਇਹਨਾਂ ਨੂੰ ਵੀ ਕਾਪੀ ਕਰਨਗੇ 9-11 ਨੂੰ, ਕਈ ਵੀ ਰਹਿ ਗਏ ਆ। ਬਹੁਤ ਚੀਜ਼ਾਂ ਜੀ ਆਪਣੇ ਕੋਲ ਜਿਹੜੀਆਂ ਕਿ ਆਪਾਂ ਕਰਾਂਗੇ, ਪਹਿਲਾਂ ਦਿਖਾਉਂਦੇ ਨਹੀਂ ਹੁੰਦੇ, ਹੁਣ ਦਿਖਾਇਆ ਕਰਾਂਗੇ। ਆਹ ਸੁੱਚਾਂ ਸਾਰੀਆਂ ਏ ਟੂ ਜੈੱਡ ਨਵੀਆਂ ਲਾਉਣੀਆਂ, ਸੁੱਚਾਂ ਮੰਗਵਾਈਆਂ ਸਾਰੀਆਂ, ਮੀਟਰ ਸਾਰਾ ਨਵਾਂ ਲਾਉਣਾ ਏ ਟੂ ਜੈੱਡ ਕੰਪਲੀਟ, ਠੀਕ ਹੈ ਜੀ। ਅਤੇ ਆਹ ਇੱਕ ਨੰਬਰ ਦੇ ਵਿੱਚ ਨੀਲੇ ਜਗਦੇ ਕਰਤੇ ਆ, ਠੀਕ ਹੈ ਜੀ। ਆਹ ਵਾਇਰਿੰਗ ਆਪ ਤਿਆਰ ਕਰੀਏ ਜੀ, ਹੱਥੀਂ ਤਿਆਰ ਆਪ, ਠੀਕ ਹੈ। ਕੋਈ ਪਲੱਗ ਨਹੀਂ ਵੱਧ ਛੱਡਿਆ, ਕੋਈ ਤਾਰ ਨਹੀਂ ਵੱਧ ਛੱਡੀ, ਨੋਰਮਲ ਜਿੰਨੀ ਜੀ ਨਾਲ ਆਉਂਦੀ ਆ ਉਸ ਟਾਈਪ 'ਤੇ ਆਪ ਤਿਆਰ ਕਰੀਏ ਵਾਇਰਿੰਗ, ਠੀਕ ਹੈ ਜੀ। ਮੋਟੀ ਤਾਰ ਹੈਵੀ ਪਾ ਕੇ, ਠੀਕ ਹੈ ਜੀ। 6 ਪਲੱਗ ਲੱਗੇ ਆ ਟਰੈਕਟਰ ਦੇ ਵਿੱਚ, ਇੱਕ ਬੰਪਰ ਦਾ, ਇੱਕ ਹੈੱਡਲਾਈਟਾਂ ਦਾ, ਜੇ ਸ਼ੋ ਤਾਰਨੀ ਇੱਕ, ਠੀਕ ਹੈ ਜੀ, ਇੱਕ ਬੰਪਰ ਤਾਰਨਾ ਇੱਕ, ਠੀਕ ਹੈ ਜੀ। ਇੱਕ ਵਿਚਾਲੇ ਜੋੜ ਦਿਆ ਗਾ ਜੀ, ਅਤੇ ਇੱਕ ਮਗਰਾਲਾ ਨੂੰ ਹੋ ਗਿਆ ਇੱਕ ਸਾਈਡ ਨੂੰ, ਇੱਕ ਮਗਰਾਲਾ ਸਾਈਡ ਨੂੰ ਉੱਧਰ ਨੂੰ, ਇੱਕ ਸ਼ੋ ਨੂੰ ਜੀ। ਉਹ ਵੀ ਤੁਹਾਨੂੰ ਦਿਖਾਵਾਂਗੇ ਕਿੱਥੇ ਕਿੱਥੇ ਲੱਗੇ ਜੀ, ਠੀਕ ਹੈ ਜੀ। ਅਤੇ ਆਹ ਆ ਗਈ ਬ੍ਰੇਕ, ਬ੍ਰੇਕਾਂ ਦੀ ਤਾਰ, ਠੀਕ ਹੈ ਜੀ। ਅਤੇ ਬਾਕੀ ਚਲੋ ਦੋਸਤੋ ਵੇਖਦੇ ਰਹੋ, ਜਿਵੇਂ ਜਿਵੇਂ ਤੁਹਾਨੂੰ ਦਿਖਾਈ ਕਰਾਂਗੇ। ਆਪ ਸਲੀਵ ਪਾ ਕੇ ਮੋਟੀ ਹੈਵੀ ਤਾਰ ਪਾ ਕੇ ਆਪ ਤਿਆਰ ਕਰੀਏ ਆਪਾਂ। ਅਤੇ ਆਹ ਸੁੱਚਾਂ ਪੁਰਾਣੀਆਂ ਪਈਆਂ ਸਾਰੀਆਂ, ਜਿਹੜੀਆਂ ਨਵੀਆਂ ਲਾਉਣੀਆਂ ਸੁੱਚਾਂ। ਅਤੇ ਆਹ ਬੈਕ ਸਾਈਡ 'ਤੇ ਮਗਰਾਲਾਂ 'ਤੇ, ਠੀਕ ਹੈ ਜੀ, 2 ਲਾਈਟਾਂ ਸਿਰਫ, ਅਤੇ ਇੱਕ ਉੱਪਰ ਪਲੋ ਲੈਂਪ ਲਾਉਣੀ ਆਪਾਂ ਜਿਹੜੀ, ਠੀਕ ਹੈ ਜੀ। ਅਤੇ ਬਾਕੀ ਜੋ ਆ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜਿਵੇਂ ਜਿਵੇਂ ਹੈਗੀ ਹੈ ਇਕੱਲੀ ਇਕੱਲੀ ਚੀਜ਼ ਦੀ, ਠੀਕ ਹੈ ਜੀ। ਤੁਹਾਨੂੰ ਕਿਹਾ ਸੀ ਕੱਲ੍ਹ ਨੂੰ ਵਾਇਰਿੰਗ 'ਤੇ ਹੋ ਜੂਗਾ। ਆ ਵੇਖੋ ਅੱਜ ਦਿਨ ਹੈਗਾ ਸੋਮਵਾਰ ਦਾ, ਕੱਲ੍ਹ ਦਾ ਵੀ ਸਰਪ੍ਰਾਈਜ਼ ਆ ਤੁਹਾਨੂੰ, ਕੱਲ੍ਹ ਐਤਵਾਰ ਸੀ, ਕੱਲ੍ਹ ਵੀ ਕਿਤੇ ਗਏ ਸੀਗੇ, ਉਹ ਵੀ ਵੇਖੋਗੇ ਇੱਕ ਅੱਧੇ ਦਿਨ ਵੀਡੀਓ 'ਚ ਕੀ ਸੱਪ ਕੱਢਿਆ ਵੀ, ਠੀਕ ਹੈ ਜੀ। ਅਤੇ ਬਾਕੀ ਚਲੋ ਵੇਖਦੇ ਰਹੋ ਜੀ, ਸੈਲਫ ਕਵਰ ਲੱਗਣਾ, ਠੀਕ ਹੈ ਜੀ, ਅਲਟੀਨੇਟਰ ਦੇ, ਠੀਕ ਹੈ, ਸ਼ੂਅ ਲੱਗਣਾ ਇੱਕ ਸੱਚੇ ਅਲਟੀਨੇਟਰ ਦਾ ਸ਼ੂਅ ਲੱਗਣਾ ਇੱਥੇ, ਆਹ ਚੀਜ਼ ਦਾ ਵੀ ਸ਼ੂਅ ਲੱਗਣਾ, ਠੀਕ ਹੈ ਜੀ। ਬਾਕੀ ਕਰਦੇ ਹਾਂ ਚਲੋ ਵੀਡੀਓ ਦਾ ਐਂਡ, ਅੱਜ ਵੀਡੀਓ ਤੁਹਾਡੇ ਲਈ ਥੋੜ੍ਹੀ ਜਿਹੀ ਬਣੀ ਆ, ਕੱਲ੍ਹ ਨੂੰ ਬਣਾਵਾਂਗੇ ਤੁਹਾਡੇ ਕੋਲ 15 ਮਿੰਟ ਦੀ ਘੱਟ ਤੋਂ ਘੱਟ ਵੀਡੀਓ, ਠੀਕ ਹੈ ਜੀ। 15 ਮਿੰਟ ਦੀ ਵੀ ਬਣ ਜਾਣੀ ਦੋਸਤੋ, ਗਏ ਸੀ ਕਿਤੇ ਹੈ ਨਾ। ਹਾਂਜੀ ਬਾਈ ਜੀ, ਆਹ ਵੇਖੋ ਤੁਸੀਂ ਮੈਸੀ ਦੇ ਕਲੱਚ ਪੈਡਲ ਬ੍ਰੇਕ ਪੈਡਲ ਕੱਢੇ ਸੀ ਬਾਹਰ, ਅਤੇ ਕੱਢਣ ਦੇ ਬਾਅਦ ਜੀ ਤਾਂ ਵੇਖ ਲਓ ਜੀ ਸ਼ਾਰਟ ਇੰਨੀ ਵੱਡੀ ਪਈ ਆ, ਠੀਕ ਹੈ ਜੀ। ਹੁਣ ਇਹਨੂੰ ਗ੍ਰੈਂਡ ਕਰਕੇ ਚੰਗੀ ਤਰ੍ਹਾਂ ਮਾਲ ਭਰ ਕੇ ਬੁਸ਼ ਲਾਵਾਂਗੇ ਨਵੇਂ, ਅਤੇ ਫਿਰ ਇਹਦੀਆਂ ਢਿੱਲਾਂ ਢੁੱਲਾਂ ਸਾਰੀਆਂ ਕੱਢ ਦਿਆਂਗੇ ਬਾਹਰ, ਠੀਕ ਹੈ ਜੀ।